हेलो स्टूडेंट्स, मैं सुखविंदर कौर, असिस्टेंट प्रोफेसर डिपार्टमेंट ऑफ इकोनॉमिक्स, JJDST कॉलेज हरियाणा होशियारपुर। अज के इस लैक्चर के असी करैक्टरिस्टिक्स ऑफ अ सक्सैसफुल एंड एफिशिएंट फॉर्म मैनेजर, फॉर्म मैनेजमेंट टॉपिक असी पिछले कुछ एक लैक्चर्स तो कर रहे हैं, पर उस फॉर्म मैनेजमेंट के फॉर्म मैनेजर का बहुत इंपॉर्टेंट रोल होंगे। तो फॉर्म मैनेजर दे एफिशिएंट होने दे लई, एक सक्सैसफुल होने दे लई उस दे विच की विशेषतावां, की करैक्टरिस्टिक्स जिहड़े होने चाहिए है, उन्हां दे बारे विच अज असीं डिस्कशन करांगे। डिस्कशन दा बहुत ज़्यादा इंपॉर्टेंट पॉइंट है कि फॉर्म मैनेजमेंट तइयों वधिया होएगी जे फॉर्म दा मैनेजर है जिहड़ा वो एफिशिएंट होएगा। तो एक फॉर्म मैनेजर नूं आपां एफिशिएंट कदों कहांगे, किहड़ियां विशेषतावां असीं उहदे विच देखदे हां ਤਾਂ ਅਸੀਂ ਉਸਨੂੰ ਐਫੀਸ਼ੀਐਂਟ ਕਹਿੰਦੇ ਹਾਂ, ਇਸ ਦੇ ਬਾਰੇ ਵਿੱਚ ਅਸੀਂ ਗੱਲ ਕਰਾਂਗੇ। ਦੇਖੋ, ਕਿਸੇ ਵੀ ਫੋਰਮ ਦਾ ਮੈਨੇਜਰ ਹੈ ਜਿਹੜਾ ਉਹ ਇਸ ਗੱਲ 'ਚ ਇੰਟਰਸਟਡ ਹੋਏਗਾ ਕਿ ਫੋਰਮ ਦੇ ਉੱਤੇ ਜਿਹੜੀ ਕੋਸਟ ਹੈ ਉਹ ਮਿਨੀਮਮ ਹੋ ਜਾਏ ਅਤੇ ਉਸ ਤੋਂ ਪ੍ਰਾਪਤ ਹੋਣ ਵਾਲੀ ਜਿਹੜੀ ਆਊਟਪੁੱਟ ਹੈ ਉਹ ਮੈਕਸੀਮਮ ਹੋ ਜਾਏ। ਮੈਕਸੀਮਮ ਆਊਟਪੁੱਟ ਅਤੇ ਮਿਨੀਮਮ ਕੋਸਟ ਦਾ ਕੰਸੈਪਟ ਹੈ ਜਿਹੜਾ ਉਹ ਲੈ ਕੇ ਚੱਲੇਗਾ। ਅਤੇ ਇਹ ਵੀ ਓਬਜ਼ਰਵ ਕੀਤਾ ਗਿਆ ਕਿ ਜੇਕਰ ਫੋਰਮ ਦਾ ਸਾਈਜ਼ ਹੋਮੋਜੀਨੀਅਸ ਹੋਵੇ, ਇੱਕੋ ਜਿਹੇ ਦੋ ਤੁਹਾਡੇ ਕੋਲ ਫੋਰਮ ਹੋਣ ਅਤੇ ਕੰਡੀਸ਼ਨਸ ਆ ਜਿਹੜੀਆਂ ਉਹ ਵੀ ਇੱਕੋ ਜਿਹੀਆਂ ਹੀ ਹੋਣ, ਸਾਰੀਆਂ ਕੰਡੀਸ਼ਨਸ ਇੱਕੋ ਜਿਹੀਆਂ ਹੋਣ ਐਗਰੀਕਲਚਰ ਦੇ ਲਈ, ਤਾਂ ਜੇ ਫੋਰਮ ਦਾ ਜਿਹੜਾ ਮੈਨੇਜਰ ਆ ਉਸ ਦੀਆਂ ਕੁਆਲਿਟੀਜ਼ ਦੇ ਅਕੋਰਡਿੰਗ ਦੋਨੋਂ ਫੋਰਮਸ ਦੇ ਉੱਪਰ ਅਲੱਗ ਅਲੱਗ ਆਊਟਪੁੱਟ ਆਏਗੀ। ਜੇਕਰ ਫੋਰਮ ਦਾ ਸਾਈਜ਼ ਸੇਮ ਹੋਵੇ, ਸਾਰੀਆਂ ਉਹਦੇ ਉੱਤੇ ਅਵੇਲੇਬਲ ਜਿਹੜੀਆਂ ਇਨਪੁੱਟਸ ਆ ਸੇਮ ਹੋਣ, ਅਤੇ ਫੋਰਮ ਮੈਨੇਜਰ ਦੀਆਂ ਕੁਆਲਿਟੀਜ਼ ਦੇ ਕਰਕੇ, ਉਸਦੀ ਐਫੀਸ਼ੀਐਂਸੀ ਦੇ ਕਰਕੇ ਹੀ ਆਊਟਪੁੱਟ ਦੇ ਵਿੱਚ ਡਿਫਰੈਂਸ ਆਏਗਾ। ਇਸ ਲਈ ਆਪਾਂ ਹੁਣ ਡਿਸਕਸ ਕਰਾਂਗੇ ਕਿ ਕਿਹੜੇ ਫੈਕਟਰਸ ਆ ਡਿਟਰਮਿਨ ਕਰਦੇ ਆ ਕਿ ਜਿਹੜਾ ਫਾਰਮਰ ਆ ਉਹ ਐਫੀਸ਼ੀਐਂਟ ਹੈਗਾ ਜਾਂ ਨਹੀਂ ਹੈਗਾ। ਸਭ ਤੋਂ ਪਹਿਲਾ ਪੁਆਇੰਟ ਆ ਜਿਹੜਾ ਉਹ ਹੈਗਾ ਜੀ, ਟੂ ਡਿਟਰਮਿਨ ਦਾ ਗੋਲ। ਸਭ ਤੋਂ ਪਹਿਲਾਂ ਤਾਂ ਸਕਸੈਸਫੁਲ ਫਾਰਮਰ ਜਾਂ ਫਾਰਮ ਮੈਨੇਜਮੈਂਟ ਉਹ ਹੋਏਗਾ ਜਿਹੜਾ ਆਪਣੇ ਕੋਲ ਸਭ ਤੋਂ ਪਹਿਲਾਂ ਆਪਣੇ ਫੋਰਮ ਦੇ ਜਿਹੜੇ ਗੋਲ ਆ, ਜੋ ਅਚੀਵ ਕਰਨਾ ਚਾਹੁੰਦਾ, ਜੋ ਉਹ ਬੀਜਣਾ ਚਾਹੁੰਦਾ ਜਾਂ ਜੋ ਉਹ ਕਿਸੇ ਚੀਜ਼ ਨੂੰ ਪ੍ਰੋਡਿਊਸ ਕਰਨਾ ਚਾਹੁੰਦਾ, ਉਸ ਦੇ ਬਾਰੇ ਵਿੱਚ ਉਹਦੇ ਕੋਲ ਪੂਰਾ ਇੱਕ ਪਲੈਨ ਜਿਹੜਾ ਤਿਆਰ ਹੋਏਗਾ। ਉਹਨੇ ਜਿਹੜੇ ਗੋਲ ਆ ਉਹ ਜਿਹੜੇ ਆਪਣੇ ਓਬਜੈਕਟਿਵਸ ਆ ਉਹ ਡਿਸਾਈਡ ਕੀਤੇ ਹੋਣਗੇ। ਆਈਡੈਂਟੀਫਿਕੇਸ਼ਨ ਆਫ ਦੀ ਓਬਸਟੈਕਲਸ ਐਂਡ ਪ੍ਰੋਬਲਮਸ, ਸਿਰਫ ਇਹੀ ਨਹੀਂ ਆ ਕਿ ਉਸਨੇ ਇੱਕ ਗੋਲ ਡਿਟਰਮਿਨ ਕਰ ਲਿਆ ਕਿ ਮੈਂ ਪਰਟੀਕੁਲਰ ਕਰੋਪ ਜਿਹੜੀ ਆ ਉਹ ਬੀਜਣੀ ਆ, ਜਾਂ ਮੈਂ ਬੀ ਕੀਪਿੰਗ ਕਰਨੀ ਆ, ਜਾਂ ਮੈਂ ਡੇਅਰੀ ਫਾਰਮਿੰਗ ਕਰਨੀ ਆ। ਉਸ ਪਰਟੀਕੁਲਰ ਐਂਟਰਪ੍ਰਾਈਜ਼ ਨੂੰ ਕਰਨ ਦੇ ਵਿੱਚ ਤੁਹਾਨੂੰ ਕਿਹੜੀਆਂ ਪ੍ਰੋਬਲਮਸ ਆਉਣਗੀਆਂ, ਕਿਹੜੀਆਂ ਓਬਸਟੈਕਲਸ ਆਉਣਗੀਆਂ, ਉਹਨਾਂ ਦਾ ਉਹਨੂੰ ਪਤਾ ਹੋਵੇ, ਅਤੇ ਉਹਨਾਂ ਦਾ ਜਿਹੜਾ ਸਲਿਊਸ਼ਨ ਆ ਉਹ ਵੀ ਉਹਦੇ ਕੋਲ ਹੋਵੇ ਕਿ ਉਹਨਾਂ ਪ੍ਰੋਬਲਮਸ ਨੂੰ ਓਵਰਕਮ ਕਿਸ ਤਰ੍ਹਾਂ ਕਰੇਗਾ, ਉਹਨਾਂ ਪ੍ਰੋਬਲਮਸ ਨੂੰ ਉਹ ਕਿਸ ਤਰ੍ਹਾਂ ਘਟਾਏਗਾ, ਅਤੇ ਉਹਨਾਂ ਪ੍ਰੋਬਲਮਸ ਨੂੰ ਕਿਸ ਤਰ੍ਹਾਂ ਫੇਸ ਕਰੇਗਾ। ਅਵੇਲੇਬਿਲਿਟੀ ਆਫ ਐਡੀਕੁਏਟ ਇਨਫੋਰਮੇਸ਼ਨ, ਫਿਰ ਉਹ ਇਹ ਵੀ ਦੇਖੇਗਾ ਕਿ ਉਸ ਪਾਰਟੀਕੁਲਰ ਜੋ ਵੀ ਉਹਦਾ ਐਕਸ਼ਨ ਪਲਾਨ ਹੈ ਉਸ ਦੇ ਅਕੋਰਡਿੰਗ ਉਹਦੇ ਕੋਲ ਅਵੇਲੇਬਲ ਇਨਫੋਰਮੇਸ਼ਨ ਹੈ। ਜੇ ਕੋਈ ਪਾਰਟੀਕੁਲਰ ਕਰੋਪ ਨੂੰ ਮੰਨ ਲਓ ਬੀਜਣਾ ਚਾਹੁੰਦਾ ਹੈ, ਤਾਂ ਉਸਦਾ ਸੀਡ ਕਿੱਥੋਂ ਅਵੇਲੇਬਲ ਹੋਏਗਾ, ਉਸ 'ਤੇ ਪੈਸਟੀਸਾਈਡ, ਉਸ 'ਤੇ ਫਰਟੀਲਾਈਜ਼ਰਸ ਕਿੱਥੋਂ ਮਿਲਣਗੇ, ਉਸਦੀ ਮਾਰਕੀਟਿੰਗ ਕਿਸ ਤਰ੍ਹਾਂ ਹੋਏਗੀ, ਉਸ ਜੇ ਦੈਨ ਜੇ ਇਰੀਗੇਸ਼ਨ ਦੀ ਲੋੜ ਹੈ ਤਾਂ ਉਹ ਕਿਸ ਤਰ੍ਹਾਂ ਹੋਏਗੀ, ਉਹਨੂੰ ਸਾਰਾ ਕੁਛ ਜਿਹੜਾ ਹੋਣਾ ਚਾਹੀਦਾ। ਜੇ ਉਹ ਮੰਨ ਲਓ ਹਾਰਟੀਕਲਚਰ ਜਾਂ ਫਲੋਰੀਕਲਚਰ ਵੀ ਕਰਦਾ, ਤਾਂ ਉਸਦੀ ਮਾਰਕੀਟਿੰਗ ਕਿੱਥੇ ਹੋਏਗੀ, ਉਹ ਸਾਰਾ ਉਹਦੇ ਕੋਲ ਅਵੇਲੇਬਿਲਟੀ ਜਿਹੜੀ ਹੈ ਇਨਫੋਰਮੇਸ਼ਨ ਦੀ ਉਹ ਹੈਗੀ ਆ ਜਾਂ ਨਹੀਂ ਹੈਗੀ, ਇਹ ਵੀ ਉਹਦੀ ਐਫੀਸ਼ੀਐਂਸੀ ਦੇ ਵਿੱਚ ਦੇਖ ਚੈੱਕ ਕੀਤਾ ਜਾਂਦਾ। ਨੈਕਸਟ ਹੈ ਜੀ, ਐਨਾਲਿਸਿਸ ਆਫ ਦੀ ਅਲਟਰਨੇਟਿਵਸ। ਇੱਕ ਫਾਰਮ ਮੈਨੇਜਰ ਆ ਜਿਹੜਾ, ਹਮੇਸ਼ਾ ਇਹ ਨਹੀਂ ਆ ਕਿ ਉਹਨੇ ਇੱਕ ਪਲਾਨ ਤਿਆਰ ਕਰ ਲਿਆ, ਉਹਦੇ ਕੋਲ ਹਮੇਸ਼ਾ ਇੱਕ ਸੈਕਿੰਡ ਪਲਾਨ ਹੋਣਾ ਚਾਹੀਦਾ, ਉਹਦੇ ਕੋਲ ਅਲਟਰਨੇਟਿਵਸ ਵੀ ਤਿਆਰ ਹੋਣੇ ਚਾਹੀਦੇ, ਕਿਉਂਕਿ ਐਗਰੀਕਲਚਰ ਇੱਕ ਇਸ ਤਰ੍ਹਾਂ ਦਾ ਹੈ ਕਿ ਇਹ ਬਹੁਤ ਜ਼ਿਆਦਾ ਨੇਚਰ 'ਤੇ ਡਿਪੈਂਡ ਕਰਦਾ। ਮੰਨ ਲਓ ਤੁਸੀਂ ਇੱਕ ਪਾਰਟੀਕੁਲਰ ਕਰੋਪ ਨੂੰ ਬੀਜਣ ਦਾ ਇੱਕ ਪਲਾਨ ਤਿਆਰ ਕੀਤਾ, ਉਸ ਪਾਰਟੀਕੁਲਰ ਟਾਈਮ ਦੇ ਉੱਤੇ ਕੋਈ ਨੈਚੁਰਲੀ ਕੋਈ ਪ੍ਰੋਬਲਮ ਆ ਜਾਏ, ਕੋਈ ਮੰਨ ਲਓ ਹੜ੍ਹ ਆ ਜਾਏ ਜਾਂ ਸੁੱਕਾ ਆ ਜਾਏ ਜਾਂ ਬਾਰਿਸ਼ ਬੇ ਟਾਈਮ ਬਾਰਿਸ਼ ਹੋ ਜਾਏ, ਜਦੋਂ ਇਸ ਤਰ੍ਹਾਂ ਹੋ ਜਾਏਗਾ ਤਾਂ ਉਹ ਕਰੋਪ ਤੁਸੀਂ ਬੀਜ ਨਹੀਂ ਪਾਓਗੇ, ਅਤੇ ਤੁਹਾਡੇ ਕੋਲ ਅਲਟਰਨੇਟਿਵ ਫਿਰ ਇੱਕ ਹੋਰ ਵੀ ਹੈ ਕਿ ਤੁਹਾਡੇ ਕਰੋਪਿੰਗ ਪੈਟਰਨ ਹੁੰਦਾ, ਉਸ ਤੋਂ ਬਾਅਦ ਉਸ ਕਰੋਪ ਦੇ ਨਾਲ ਨੈਕਸਟ ਤੁਸੀਂ ਕਿਹੜੀ ਕਰੋਪ ਬੀਜਣੀ ਹੈ, ਇੱਕ ਪੈਟਰਨ ਹੈ। ਪਰ ਜਦੋਂ ਹੁਣ ਤੁਹਾਡੀ ਇੱਕ ਕਰੋਪ ਅੱਜ ਇਸ ਟਾਈਮ ਦੇ ਉੱਪਰ ਨਹੀਂ ਬੀਜੀ ਗਈ, ਤਾਂ ਥੋੜ੍ਹੇ ਟਾਈਮ ਬਾਅਦ ਉੱਥੇ ਕਿਹੜੀ ਕਰੋਪ ਬੀਜੀ ਜਾਏਗੀ, ਫਿਰ ਉਹਦੇ ਨਾਲ ਕਰੋਪਿੰਗ ਪੈਟਰਨ ਕਿਸ ਤਰ੍ਹਾਂ ਦਾ ਹੋਏਗਾ, ਉਸਦੇ ਕੋਲ ਜਿਹੜੇ ਅਲਟਰਨੇਟਿਵਸ ਆ ਉਹ ਅਵੇਲੇਬਲ ਹੋਣੇ ਚਾਹੀਦੇ ਆ। ਉਸ ਤੋਂ ਬਾਅਦ ਨੈਕਸਟ ਹੈ ਜੀ, ਅਵੇਲੇਬਿਲਟੀ ਆਫ ਇਨਪੁੱਟਸ, ਕਿ ਇਨਪੁੱਟਸ ਜਿਹੜੀਆਂ ਉਹਨੂੰ ਪਾਰਟੀਕੁਲਰ ਜੋ ਵੀ ਉਹਦਾ ਐਂਟਰਪ੍ਰਾਈਜ਼ ਚਾਹੁੰਦਾ ਹੈ, ਜੋ ਵੀ ਉਹ ਬੀਜਣਾ ਚਾਹੁੰਦਾ ਜਾਂ ਜੋ ਵੀ ਉਹ ਬਣਾਉਣਾ ਚਾਹੁੰਦਾ ਹੈ, ਕਿ ਉਹਦੇ ਕੋਲ ਉਹਨਾਂ ਸਾਰੀਆਂ ਜੋ ਇਹਦੇ ਲਈ ਇਨਪੁੱਟਸ ਦੀ ਜ਼ਰੂਰਤ ਆ,
ਉਹ ਅਵੇਲੇਬਲ ਹੈਗੀਆਂ ਨੇ, ਜੇ ਤਾਂ ਈਜ਼ੀਲੀ ਅਵੇਲੇਬਲ ਆ ਦੈਨ ਓਕੇ, ਜੇ ਨਹੀਂ ਤਾਂ ਉਹਨੂੰ ਕਿੱਥੋਂ ਅਵੇਲੇਬਲ ਹੋਣਗੀਆਂ, ਉਹ ਸਾਰਾ ਉਹਦੇ ਕੋਲ ਹੋਣਾ ਚਾਹੀਦਾ, ਉਹਨੂੰ ਪਤਾ ਹੋਣਾ ਚਾਹੀਦਾ। ਚੁਆਇਸ ਆਫ ਦੀ ਅਲਟਰਨੇਟਿਵ, ਇਹ ਨਹੀਂ ਆ ਕਿ ਤੁਸੀਂ ਅਲਟਰਨੇਟਿਵ ਹਮੇਸ਼ਾ ਐਮਰਜੈਂਸੀ ਦੇ ਟਾਈਮ ਦੇ ਵਿੱਚ ਹੀ ਕਰੋਗੇ, ਵੈਸੇ ਵੀ ਤੁਸੀਂ ਅਲਟਰਨੇਟਿਵ ਕੋਈ ਜਿਹੜਾ ਕਰ ਸਕਦੇ ਹੋ। ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਇੱਕੋ ਹੀ ਜੋ ਕਰੋਪਿੰਗ ਪੈਟਰਨ ਬਹੁਤ ਸਾਲਾਂ ਤੋਂ ਬਹੁਤ ਚਿਰ ਤੋਂ ਚਲਾਉਂਦੇ ਆ ਰਹੇ ਹੋ, ਉਹੀਓ ਚਲਾਉਣਾ ਹੁੰਦਾ, ਤੁਸੀਂ ਉਹਦੇ ਵਿੱਚ ਚੇਂਜਸ ਵੀ ਕਰ ਸਕਦੇ ਹੋ। ਅਤੇ ਉਹ ਅਲਟਰਨੇਟਿਵ ਕਿਸ ਤਰ੍ਹਾਂ ਚੇਂਜ ਕਰੇਗਾ, ਇਹ ਬਹੁਤ ਇੰਪੋਰਟੈਂਟ ਹੁੰਦਾ ਕਿਸੇ ਫਾਰਮ ਮੈਨੇਜਰ ਲਈ ਅਤੇ ਉਹਦੀ ਸਕਸੈਸ ਲਈ। ਐਪਲੀਕੇਸ਼ਨ ਆਫ ਦੀ ਡਿਸੀਜਨ, ਦੈਨ ਉਸ ਤੋਂ ਬਾਅਦ ਉਸਦੀ ਡਿਸੀਜਨ ਮੇਕਿੰਗ ਜਿਹੜੀ ਕਪੈਸਿਟੀ ਹੈ ਕਿ ਕੀ ਉਹ ਡਿਸੀਜਨ ਲੈ ਪਾਉਂਦਾ ਅਤੇ ਆਪਣੇ ਡਿਸੀਜਨ ਨੂੰ ਕਿਸ ਤਰ੍ਹਾਂ ਅਪਲਾਈ ਕਰ ਪਾਉਂਦਾ। ਕਿਉਂਕਿ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ ਫੇਵਰੇਬਲ ਰਿਜ਼ਲਟਸ ਹੀ ਹੋਣਗੇ, ਤੁਹਾਡੇ ਡਿਸੀਜਨਸ ਅਤੇ ਅਨਫੇਵਰੇਬਲ ਰਿਜ਼ਲਟਸ ਵੀ ਹੋ ਸਕਦੇ ਆ। ਇਸ ਲਈ ਤੁਹਾਨੂੰ ਹਰੇਕ ਸਟੈਪ ਦੇ ਉੱਤੇ ਕੌਨਸ਼ੀਅਸ ਰਹਿਣਾ ਚਾਹੀਦਾ, ਅਨਫੇਵਰੇਬਲ ਇਫੈਕਟਸ ਨੂੰ ਘੱਟ ਕਰਨ ਦੇ ਲਈ, ਉਹਨਾਂ ਨੂੰ ਅਵੋਇਡ ਕਰਨ ਦੇ ਲਈ ਵੀ ਉਹਦੇ ਕੋਲ ਇੱਕ ਜਿਹੜਾ ਪਲੈਨ ਆ ਉਹ ਤਿਆਰ ਹੋਣਾ ਚਾਹੀਦਾ ਹੈ। ਉਸਦੇ ਲਈ ਵੀ ਉਸਨੂੰ ਤਿਆਰ ਰਹਿਣਾ ਪਏਗਾ। ਕਲੋਜ਼ ਵਾਚ ਔਨ ਦੀ ਪ੍ਰੋਜੈਕਟ, ਇਸ ਨਹੀਂ ਹੈ, ਇਸ ਤਰ੍ਹਾਂ ਵੀ ਨਹੀਂ ਹੈ ਕਿ ਇੱਕ ਪ੍ਰੋਜੈਕਟ ਇੱਕ ਐਕਸ਼ਨ ਪਲਾਨ ਬਣਾਇਆ, ਇੱਕ ਪ੍ਰੋਜੈਕਟ ਤਿਆਰ ਕੀਤਾ ਅਤੇ ਉਸਦੇ ਉੱਤੇ ਕੰਮ ਕਰਨਾ ਸ਼ੁਰੂ ਕਰਤਾ ਅਤੇ ਬਸ ਖਤਮ ਹੈ। ਉਹਦੇ ਉੱਤੇ ਕਲੋਜ਼ ਵਾਚ ਰੱਖਣੀ ਪਏਗੀ ਕਿ ਆਪਾਂ ਕਿਸ ਸਾਈਡ ਨੂੰ ਜਾ ਰਹੇ ਹਾਂ, ਅਤੇ ਜੇ ਕਿਤੇ ਲੱਗੇ ਕਿ ਆਪਾਂ ਉਹਦੇ ਅਕੋਰਡਿੰਗ ਠੀਕ ਕੰਮ ਨਹੀਂ ਕਰ ਰਹੇ ਤਾਂ ਇੱਕਦਮ ਵਿੱਚ ਯੂ ਟਰਨ ਆ ਜਿਹੜਾ ਉਹ ਵੀ ਲਿਆ ਜਾ ਸਕਦਾ ਹੁੰਦਾ। ਉਸਦੇ ਵਿੱਚ ਇਸ ਤਰ੍ਹਾਂ ਟਰਨ ਲਿਆ ਜਾ ਸਕਦਾ ਕਿ ਆਪਾਂ ਦੇ ਪ੍ਰੋਜੈਕਟ ਦੇ ਵਿੱਚ ਸਾਨੂੰ ਸਕਸੈਸ ਹੀ ਮਿਲੇ ਅਤੇ ਸਾਨੂੰ ਜਿਹੜਾ ਬੈਨੀਫਿਟ ਆ ਉਹ ਵੱਧ ਤੋਂ ਵੱਧ ਹੋਵੇ। ਉਸ ਤੋਂ ਬਾਅਦ ਇਵੈਲਿਊਸ਼ਨ ਆਫ ਦੀ ਪ੍ਰੋਜੈਕਟ, ਇਹ ਨਹੀਂ ਆ ਕਿ ਚਲੋ ਠੀਕ ਆ ਤੁਸੀਂ ਸੋਚਿਆ ਤੁਹਾਨੂੰ ਪ੍ਰੋਫਿਟ ਹੋਏਗਾ, ਦੈਨ ਪ੍ਰੋਫਿਟ ਹੋ ਗਿਆ ਤਾਂ ਠੀਕ ਹੈ ਜੀ, ਇਹ ਜਿਹੜਾ ਵੀ ਸਿਸਟਮ ਤੁਸੀਂ ਚਲਾਉਂਦੇ ਪਏ ਸੀ ਜਾਂ ਜਿਹੜੇ ਵੀ ਤਰੀਕੇ ਨਾਲ ਤੁਸੀਂ ਕੰਮ ਕਰਦੇ ਹੋ ਠੀਕ ਆ, ਕਿਉਂਕਿ ਇੰਪਰੂਵਮੈਂਟ ਦੇ ਚਾਂਸਸ ਤਾਂ ਹਮੇਸ਼ਾ ਹੀ ਹੈਗੇ ਨੇ। ਇਸ ਲਈ ਆਪਣੇ ਪ੍ਰੋਜੈਕਟ ਦੇ ਐਂਡ ਦੇ ਵਿੱਚ ਉਹਦੀ ਇਵੈਲਿਊਸ਼ਨ ਵੀ ਕੀਤੀ ਜਾਵੇ ਕਿ ਜੇ ਇਹਦੇ ਵਿੱਚ ਇਸ ਤਰ੍ਹਾਂ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਜ਼ਿਆਦਾ ਪ੍ਰੋਫਿਟ ਹੋ ਜਾਂਦਾ, ਜੇ ਇਸ ਤਰ੍ਹਾਂ ਕਰ ਦਿੰਦਾ ਹੈ ਤਾਂ ਸ਼ਾਇਦ ਜ਼ਿਆਦਾ ਪ੍ਰੋਫਿਟ ਹੋ ਜਾਂਦਾ। ਮੀਨਸ ਜਾਂ ਜੇ ਜੋ ਕਿਸੇ ਨੇ ਕੀਤਾ ਕਿ ਉਹਨੂੰ ਸਾਡੇ ਨਾਲੋਂ ਜ਼ਿਆਦਾ ਬੈਨੀਫਿਟ ਹੋਇਆ ਜਾਂ ਨਹੀਂ ਹੋਇਆ, ਆਪਣੇ ਪ੍ਰੋਜੈਕਟ ਦੇ ਵਿੱਚ ਹਮੇਸ਼ਾ ਉਸਦੀ ਇਵੈਲਿਊਏਸ਼ਨ ਆ ਜਿਹੜੀ ਉਹ ਕਰਨੀ ਚਾਹੀਦੀ ਹੈ। ਅਤੇ ਚੰਗਾ ਫੋਰਮ ਮੈਨੇਜਰ ਉਹੀ ਹੋਏਗਾ, ਐਫੀਸ਼ੈਂਟ ਜਾਂ ਸਕਸੈਸਫੁਲ ਫੋਰਮ ਮੈਨੇਜਰ ਉਹੀ ਉਹ ਹੋਏਗਾ ਜਿਹਦੇ ਵਿੱਚ ਆਪਣੇ ਪ੍ਰੋਜੈਕਟ ਨੂੰ ਵੈਲੂਏਟ ਕਰਨ ਦੀ ਕੁਆਲਿਟੀ ਵੀ ਹੋਏਗੀ, ਉਹਦੇ ਵਿੱਚ ਸਾਰੇ ਕਰੈਕਟਰਿਸਟਿਕਸ ਹੋਣਗੇ। ਜਿਸ ਫੋਰਮ ਮੈਨੇਜਰ ਦੇ ਵਿੱਚ ਸਾਰੇ ਕਰੈਕਟਰਿਸਟਿਕਸ ਹੋਣਗੇ ਉਹ ਫੋਰਮ ਮੈਨੇਜਰ ਆ ਜਿਹੜਾ ਇੱਕ ਸਕਸੈਸਫੁਲ ਅਤੇ ਇੱਕ ਐਫੀਸ਼ੈਂਟ ਸਕਸੈਸਫੁਲ ਫੋਰਮ ਮੈਨੇਜਰ ਹੋਏਗਾ। ਥੈਂਕ ਯੂ। ਜੋ ਨੈਕਸਟ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ।